ਪੰਜਾਬ ਵਿੱਚ ਚੋਣਾਂ ਨੇ ਤੇ ਪੂਰਾ ਪੰਜਾਬ ਚੋਣਾਂ ਦੇ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਵੀ ਕਾਫੀ ਸਖਤ ਦਿਖਾਈ ਦਿੱਤਾ। ਪ੍ਰਸ਼ਾਸਨ ਵੱਲੋਂ ਕੁਝ ਪਾਬੰਦੀਆਂ ਕੋਵਿਡ ਕਰਕੇ ਲਗਾਈਆਂ ਗਈਆਂ ਸਨ, ਪਰ ਕੁਝ ਸਿਆਸੀ ਲੀਡਰ ਪ੍ਰਸ਼ਾਸਨ ਦੀਆਂ ਗਾਈਡਲਾਈਨਸ ਦੀਆਂ ਉਲੰਘਣਾ ਵੀ ਕਰ ਰਹੇ ਸਨ। ਇਸੇ ਦੌਰਾਨ ਫਾਜ਼ਿਲਕਾ ਵਿੱਚ ਪ੍ਰਸ਼ਾਸਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਨੂੰ ਪੱਟ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹ ਬੂਥ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਦਾਇਰੇ ਦੇ ਅੰਦਰ ਆਉਂਦੇ ਸਨ ਤੇ ਕਾਨੂੰਨ ਮੁਤਾਬਕ ਪੋਲਿੰਗ ਸਟੇਸ਼ਨ ਤੋਂ ਘੱਟੋ ਘੱਟ 200 ਮੀਟਰ ਦੀ ਦੂਰੀ ਤੇ ਹੀ ਬੂਥ ਲੱਗ ਸਕਦਾ ਹੈ। ਇਸ ਦੌਰਾਨ ਉਹਨਾਂ ਨੇ ਕਾਰਵਾਈ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥਾਂ ਨੂੰ ਪੱਟ ਕੇ ਬਾਹਰ ਸੁੱਟ ਦਿੱਤਾ। ਕੰਪਲੇਂਟ ਆਈ ਸੀ ਸਾਡੇ ਕੋਲ ਕਿ ਟੈਂਟ ਜਿਹੜੇ ਨੇ ਇਹ 200 ਮੀਟਰ ਦੀ ਤੋਂ ਨੇੜੇ ਲੱਗੇ ਨੇ। ਅੱਛਾ, ਅਸੀਂ ਵੇਖਿਆ ਵਾਕਈ 100 ਮੀਟਰ ਦੀ ਦੂਰੀ ਤੇ ਨੇ, ਇਹ ਅਸੀਂ ਉਤਰਵਾਏ। ਤੁਹਾਡੀ ਕੀ ਡਿਊਟੀ ਜਾਂਦੀ ਹੈ? ਮੇਰੀ ਸਾਡੀ ਇਹੀ ਹੋ ਕੋਈ ਕੰਪਲੇਂਟ ਆ ਜਾਵੇ ਉਹਨੂੰ ਰਿਮੂਵ ਕਰਨਾ, ਰਿਜ਼ੋਲਵ ਕਰਨਾ, ਜਾ ਕੇ ਵੇਖਣਾ। ਇਹ ਕਿਹੜੀ ਜਗ੍ਹਾ ਹੈ? ਇਹ ਆਪਣੇ ਆਰੀਆ प्रशासन काफी सख्त दिखाई दे रहा है। इस तो पहला भी कई लीडर ते चोन कमीशन वालों बनाई गई गाइडलाइन की उलंघना करके कार्रवाई की गई थी। ब्यूरो रिपोर्ट, D5 चैनल पंजाबी। D5 चैनल पंजाबी हुणे सब्सक्राइब करो, बेल आइकन ते क्लिक करो। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार.com कानून जायदाद दा।